ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ ਸਿਮਰਨ। ਸਿਮਰਨ ਭਾਗ 12 ਲੇਖ ਨੰਬਰ 121। ਆਉ ਬੜੇ ਪਿਆਰ ਨਾਲ ਸਰਵਣ ਕਰੀਏ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਓ ਦੱਸੇ ਜਾਂਦੇ ਹਨ। ਹਾਂਜੀ, ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਓ ਦੱਸੇ ਜਾਂਦੇ ਹਨ। ਪਹਿਲਾ ਹੈ ਜਾਗਰਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰ ਮੁਖੀ ਮਾਇਕੀ ਰੁਝੇਵਿਆਂ 'ਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦੇ ਬੰਦਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲਾਏ। ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ, ਜਾਗਰਤ ਅਵਸਥਾ ਵਿੱਚ, ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਨਹੀਂ। ਹਉਮੈ ਮਮਤਾ ਮੋਹਨੀ, ਮਨਮੁੱਖਾਂ ਨੂੰ ਗਈ ਖਾਏ। ਜੋ ਮੋਹ ਦੂਜੇ ਚਿੱਤ ਲਾਏ ਦੇ, ਤਿੰਨਾ ਵਿਆਪ ਰਹੀ ਲਪਟਾਏ। ਸਾਧੂ, ਇਹ ਜਗ ਪਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਦੂਜੀ ਅਵਸਥਾ। ਦੂਸਰੀ ਅਵਸਥਾ ਹੈ ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਕੀ ਹੁੰਦਾ ਹੈ, ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਇਹ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਹਾਂਜੀ, ਸੁੱਤਿਆਂ ਹੋਇਆਂ ਸਾਡੇ ਜੀਵਨ ਦੇ ਜੋ ਪਿਛਲੇ ਕਰਮ ਅਸੀਂ ਕਮਾ ਕੇ ਆਏ ਹਾਂ, ਉਹਨਾਂ ਦੀ ਫਿਲਮ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ, ਇੱਕ ਜਾਗਰਤ, ਦੂਜਾ ਸੁਪਨ, ਇਹਨਾਂ ਵਿੱਚ ਹੀ ਪਰਵਰਤ ਅਤੇ ਗਲਤਾਨ ਹੈ। ਇਹ ਸਭ ਮਾਇਕੀ ਬਾਹਰ ਮੁਖੀ ਦੂਜੇ ਭਾਓ ਵਾਲਾ ਵੱਡ ਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਐਸੇ ਜੀਵਨ, ਹਾਂਜੀ, ਜੋ ਮਨੁੱਖ ਇਹਨਾਂ ਦੋਹਾਂ ਅਵਸਥਾਵਾਂ ਵਿੱਚ ਗਲਤਾਨ ਰਹਿੰਦੇ ਹਨ, ਜਾਗਰਤ ਅਤੇ ਸੁਪਨ, ਕਹਿੰਦੇ ਐਸੇ ਜੀਵਾਂ ਨੂੰ ਅੰਤਰਮੁਖੀ ਆਤਮਕ ਜੀਵਨ ਦੀ ਸੋਝੀ ਨਹੀਂ, ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਪਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਗੁਰ ਕਾ ਸ਼ਬਦ ਕੋ ਵਿਰਲਾ ਪੂਜਨ। ਤੀਸਰੀ ਅਵਸਥਾ ਕੀ ਹੈ? ਸਸੋਪਤੀ ਅਵਸਥਾ। ਇਹ ਫੁਰਨਾਹੀਨ ਸੁਰਤੀ ਦੀ ਛੂਣ ਅਵਸਥਾ ਹੈ। ਸਸੋਪਤੀ ਯਾਨੀ ਛੂਣ ਅਵਸਥਾ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ। ਇਹਨਾਂ ਸ਼ਕਤੀਆਂ ਨੂੰ ਫਿਰ ਉਹ ਕਈ ਤਰ੍ਹਾਂ ਨਾਲ ਵਰਤਦਾ ਹੈ। ਕਿਵੇਂ ਵਰਤਦਾ ਹੈ? ਸਿਮਰਨ ਦੁਆਰਾ ਪ੍ਰਾਪਤ ਹੋਈਆਂ ਸ਼ਕਤੀਆਂ ਨੂੰ, ਰਿੱਧੀਆਂ ਸਿੱਧੀਆਂ, ਕਰਾਮਾਤਾਂ, ਹਿਪਨੋਟਿਜ਼ਮ, ਮੈਸਮੇਰਿਜ਼ਮ, ਕਾਲਾ ਜਾਦੂ, ਤਾਂਤਰਿਕ ਯੋਗ, ਵਾਕ ਸਿੱਧੀ, ਅੰਤਰਯਾਮਤਾ ਆਦਿ। ਜਗਿਆਸੂ ਇਹਨਾਂ ਚਿਲਕਵੇਂ ਅਚੰਬਿਆਂ ਅਤੇ ਜਾਦੂ ਟੂਣਿਆਂ ਵਿੱਚ ਰਚ ਮਿਚ ਜਾਂਦਾ ਹੈ, ਇਸੇ ਨੂੰ ਹੀ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ 'ਤੇ ਜੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਈਂ ਸੀਮਤ ਹੁੰਦਾ ਹੈ। ਇਸ ਤੋਂ ਅੱਗੇ ਕੀ ਹੈ, ਜੋਗੀਆਂ ਨੂੰ ਇਸ ਗੱਲ ਦੀ ਸੋਝੀ ਨਹੀਂ। ਇਹਨਾਂ ਤਿੰਨਾਂ ਅਵਸਥਾਵਾਂ ਵਿੱਚ, ਜਾਗਰਤ, ਸੁਪਨ, ਸਸੁਪਤੀ, ਕਹਿੰਦੇ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ, ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਬਾਹਰ ਮੁਖੀ ਮਾਇਕੀ ਸੰਸਾਰ 'ਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਨਹੀਂ ਆਉਂਦੀ ਕਿ ਬਾਹਰ ਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਹੋਰ ਉਚੇਰਾ, ਚੰਗੇਰਾ, ਸੁਹਨੇਰਾ, ਕੋਈ ਸੁਖਦਾਈ ਅੰਤਰਮੁਖੀ ਆਤਮਕ ਜੀਵਨ ਵੀ ਹੈ। ਸਾਡਾ ਮਨ ਤਾਂ ਬਾਹਰ ਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੁੜੰਗੇ ਲਾਉਣਾ ਗਿਝਿਆ ਹੋਇਆ ਹੈ। ਇਸ ਨੂੰ, ਹਾਂਜੀ, ਸਾਡੇ ਮਨ ਨੂੰ ਅੰਤਰਮੁਖੀ ਹੋਣਾ ਔਖਾ ਲੱਗਦਾ ਹੈ, ਅਨਹੋਣਾ ਲੱਗਦਾ ਹੈ। ਆਖਣ ਔਖਾ ਸੱਚਾ ਨਾਉ। ਪਰ ਗੁਰਬਾਣੀ 'ਚ ਸਪਸ਼ਟ ਹੁਕਮ ਹੈ। ਕੀ ਹੁਕਮ ਹੈ? ਬਾਹਰ ਜਾਤੋ ਠਾਕ ਰਹਾਵੇ, ਗੁਰਮੁਖ ਸਹਿਜ ਸਵਾਵੇ।
ਸੰਭਾਵੇ। ਸਿੱਖਾਂ ਚੋ ਚੱਕਿਆ ਚੋ ਵਾਇਆ ਇਹ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਪਾਲ, ਜੋ ਪਾਵੇ ਸੋ ਪੁੰਜ ਤੂੰ ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ, ਮਨਮੁਖ ਅੰਦਲੇ ਗਿਆਨ ਹੂਨੇ ਦੂਜੇ ਪਾਏ ਖੁਆਈ। ਇਹਨਾਂ ਤਿੰਨਾਂ ਅਵਸਥਾਵਾਂ ਤੋਂ ਪਰੇ ਇੱਕ ਹੋਰ ਅਵਸਥਾ ਹੈ ਜਿਸਨੂੰ ਕਿ ਚੌਥਾ ਪਦ ਕਿਹਾ ਜਾਂਦਾ ਹੈ। ਇਸ ਅਵਸਥਾ ਨੂੰ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਕਰ, ਸਹਿਜ ਕਰ, ਅਨੁਭਵ ਨਗਰ, ਅਬਚਲ ਨਗਰ, ਬੇਗਮਪੁਰਾ, ਸੱਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਕੀ ਹੈ? ਕਹਿੰਦੇ ਇੱਥੇ ਨਾਮ ਦਾ ਪ੍ਰਕਾਸ਼ ਹੈ, ਨਾਮ ਦੀ ਰੁਣ ਚੁਣ ਹੈ, ਨਾਮ ਦੀ ਜੀਵਨ ਰੌਂ ਹੈ। ਇਸ ਅਵਸਥਾ ਵਿੱਚ ਨਾਮ ਦਾ ਮਹਾਰਸ ਹੈ, ਨਾਮ ਦਾ ਰੰਗ ਹੈ, ਨਾਮ ਦੀ ਮਸਤੀ ਹੈ, ਨਾਮ ਦਾ ਅਹਿਲਾਦ ਹੈ। ਇੱਥੇ ਅਨਹਦ ਧੁਨੀ ਵੱਜਦੀ ਹੈ, ਅਨਹਦ ਸ਼ਬਦ ਰਵ ਰਿਹਾ ਭਰਪੂਰ ਹੈ। ਇਸ ਚੌਥੇ ਪਦ ਦੀ ਅਵਸਥਾ ਵਿੱਚ ਕੌਣ ਵਸਦੇ ਹਨ? ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪੁੰਜ ਕੇ ਅਲਮਸਤ ਮਤਵਾਰੇ ਹੋ ਜਾਂਦੇ ਹਨ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ, ਐਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਇੱਥੇ ਸਤਿਗੁਰੂ ਆਪਣੇ ਰੰਗ ਰਤੜੇ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਤਪਾਲਦਾ ਹੈ, ਨਿਤ ਸਾਰ ਸੰਭਾਲਦਾ ਹੈ, ਪਾਪ ਕੱਟਦਾ ਹੈ, ਕਲ ਕਲੇਸ਼ ਤੋਂ ਬਚਾਉਂਦਾ ਹੈ। ਹਾਂਜੀ, ਸਤਿਗੁਰੂ ਜਮਾਂ ਤੋਂ ਰੱਖਿਆ ਕਰਦਾ ਹੈ, ਮੁਕਤੀ ਬਖਸ਼ਦਾ ਹੈ, ਪਿਰਮ ਪਿਆਲੇ ਪਿਲਾਉਂਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ, ਖੇਲ ਖਿਲਾਏ, ਲਾਡ ਲਡਾਵੇ, ਸਦਾ ਸਦਾ ਅਨਦਾਈ, ਪ੍ਰਤ ਪਾਲੇ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਉ ਪ੍ਰਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪਿਉਣ ਇਸ ਸੌਦੇ ਲਾਇਕ, ਸਾਜੀ ਗੁਰੂ ਨਾਲ ਬਹਾਲਿਆ ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ। ਇਹ ਆਤਮ ਮੰਡਲ, ਇਹ ਚੌਥਾ ਪਦ, ਇਹ ਨਿਰਮਲ ਹੂੰ ਅਤ ਨਿਰਮਲਿਆ ਹੈ। ਇੱਥੇ ਮਾਇਆ ਦੀ ਛਾਇਆ ਨਹੀਂ ਹੈ, ਇੱਥੇ ਹੋਮੇ ਦਾ ਅਭਾਵ ਹੈ, ਇੱਥੇ ਤਾਂ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਪ੍ਰੀਤ ਪ੍ਰੇਮ ਰਸ ਚਾਓ ਨਾਮ ਵਰਤਰਿਆ ਹੁੰਦਾ ਹੈ। ਅਸਲ ਵਿੱਚ ਇਸ ਸੂਖਮ ਆਤਮਕ ਅਵਸਥਾ ਨੂੰ ਸਾਡੀ ਅਲਪ ਬੁੱਧੀ ਪਕੜ ਨਹੀਂ ਸਕਦੀ, ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਇਹ ਤਾਂ ਅਨੁਭਵੀ ਤੱਤ ਹੈ ਜੋ ਅੰਤਰਾਤਮੇ ਅਨੁਭਵ ਦੁਆਰਾ ਸਤਿਗੁਰੂ ਦੀ ਕਿਰਪਾ ਨਾਲ ਬੁੱਝਿਆ ਸੀਜਿਆ ਮਾਣਿਆ ਜਾ ਸਕਦਾ ਹੈ, ਜਿਸ ਨੂੰ ਕੋਈ ਵਿਰਲਾ ਜਗਿਆਸੂ ਹੀ ਬੁੱਝਦਾ ਹੈ। ਗੁਰਮੁਖ ਵਿਰਲਾ ਕੋਈ ਬੂਝੈ ਸਭ ਦੇ ਰਿਹਾ ਸਮਾਈ। ਇੱਥੇ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਹਨ। ਕਹਿੰਦੇ ਸ਼ਰਾਬੀ, ਇਹ ਸ਼ਰਾਬ ਪੀਣ ਦਾ ਅਭਿਆਸ ਕਰਕੇ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਫਿਰ ਉਹ ਸ਼ਰਾਬ ਨੂੰ ਆਪ ਯਾਦ ਨਹੀਂ ਕਰਦਾ, ਬਲਕਿ ਉਹਦਾ ਤਨ ਮਨ ਅੰਤਿਸ਼ਕਰਨ ਅਥਵਾ ਸ਼ਰਾਬੀ ਦਾ ਸਮੁੱਚਾ ਆਪਾ ਸ਼ਰਾਬ ਲਈ ਕੂਕਾਂ ਮਾਰਦਾ ਹੈ। ਉਹਦੇ ਹਰ ਇੱਕ ਖਿਆਲ, ਉਹਦੀ ਸੋਚਣੀ, ਉਹਦੇ ਕਰਤੱਬ ਵਿੱਚ ਸ਼ਰਾਬ ਦੀ ਰੰਗਤ ਸਹਿ ਸਬਾਏ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਜਦ ਜਗਿਆਸੂ
ਗੁਰਮੰਤਰ ਦਾ ਮਨ ਚਿੱਤ ਨਾਲ ਸਿਮਰਨ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰਮੰਤਰ ਉਹਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ। ਜਗਿਆਸੂ ਸਿਮਰਨ ਦਾ ਸਰੂਪ ਬਣ ਜਾਂਦਾ ਹੈ। ਹਾਂਜੀ, ਜਗਿਆਸੂ ਆਪ ਹੀ ਸਿਮਰਨ ਦਾ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਇਸ ਅਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਹੁਣ ਬੋਤਲ 'ਚ ਪਈ ਸ਼ਰਾਬ ਦਾ ਸਰੂਪ ਕੀ ਹੈ? ਕੌੜਾ ਕੁਸੈਲਾ, ਇੱਕ ਰੰਗ ਬਿਰੰਗਾ ਮਿਲ ਗੋਬਾ ਘੋਲ, ਇੱਕ ਸਲਿਊਸ਼ਨ ਹੀ ਤਾਂ ਹੈ। ਪਰ ਉਸੇ ਸ਼ਰਾਬ ਨੂੰ ਪੀਣ ਨਾਲ ਜੋ ਸਰੂਰ ਆਉਂਦਾ ਹੈ ਉਹ ਵਿਲੱਖਣ ਹੈ। ਸੋ ਨਿਰਾਪੁਰਾ ਸ਼ਰਾਬ ਦੇ ਅਖਰੀ ਨਾਮ, ਇਹਦੀ ਦਿਮਾਗੀ ਜਾਣਕਾਰੀ, ਇਹਦੀ ਬਾਰਮੁਖੀ ਬੋਤਲਾਂ ਦੀ ਸੰਗਤ, ਜਾਂ ਸ਼ਰਾਬ ਦੇ ਗੁਣਾ ਗੁਣਾਂ ਦੇ ਗਿਆਨ ਨਾਲ ਕੋਈ ਨਸ਼ਾ ਕੋਈ ਸਰੂਰ ਤਾਂ ਨਹੀਂ ਆ ਸਕਦਾ। ਇਹ ਸਰੂਰ ਸ਼ਰਾਬ ਦੇ ਅਖਰੀ ਗਿਆਨ ਇਹਦੇ ਤੋਂ ਵਿਲੱਖਣ ਹੈ, ਹੋਰਵੇਂ ਹੈ। ਪਰ ਜਦ ਸ਼ਰਾਬ ਪੀਤੀ ਜਾਵੇ ਤਾਂ ਉਹੀ ਘੋਲ, ਉਹ ਸ਼ਰਾਬ, ਉਹ ਕਿਸੇ ਅਕਹਿ ਸਰੂਰ ਵਿੱਚ ਬਦਲ ਜਾਂਦੀ ਹੈ। ਫਿਰ ਸ਼ਰਾਬ ਦੀ ਹਸਤੀ ਨਹੀਂ ਰਹਿੰਦੀ, ਪਰ ਉਹਦਾ ਅਸਰ ਇੱਕ ਅਨੋਖੇ ਉਮਾ ਉਤਸ਼ਾਹ ਸਰੂਰ ਅਤੇ ਮਸਤੀ ਦੇ ਰੂਪ ਵਿੱਚ ਸ਼ਰਾਬੀ 'ਚ ਪਰਿਵਰਤ ਹੋ ਕੇ ਪ੍ਰਗਟ ਹੁੰਦਾ ਹੈ। ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਕੇ, ਹਾਂਜੀ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਇਹ ਸਾਡੇ ਤਨ ਮਨ ਬੁੱਧੀ ਅੰਤਸ਼ਕਰਨ 'ਚ ਉਤਰ ਜਾਂਦਾ ਹੈ ਅਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੂਹ ਨਾਲ ਫਿਰ ਇਹ ਇਲਾਹੀ ਰਸ ਰੰਗ ਪ੍ਰੀਤ ਪਿਆਰ 'ਚ ਬਦਲ ਜਾਂਦਾ ਹੈ। ਇਸ ਤਰ੍ਹਾਂ ਜਗਿਆਸੂ ਦਾ ਸਿਮਰਨ, ਫਿਰ ਉਹਦਾ ਸਿਮਰਨ ਧਿਆਉਣਾ ਹੋ ਜਾਂਦਾ ਹੈ, ਇਹ ਉਹਦਾ ਜੀਵਨ ਰੂਪ ਬਣ ਜਾਂਦਾ ਹੈ। ਐਸਾ ਗੁਰਮੁਖ ਜਨ ਨਾਮ ਦੇ ਰੰਗ ਰਸਤ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਕ ਉਤਸ਼ਾਹ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾਂ ਕਿਹਾ ਜਾਂਦਾ ਹੈ। ਮਾਇਰੀ ਭੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ। ਪਰ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸ਼ਰਾਬ ਦਾ ਨਸ਼ਾ, ਇਹਦਾ ਸਰੂਰ, ਇਹ ਆਰਜ਼ੀ ਹੈ, ਥੋੜ੍ਹੇ ਚਿਰ ਲਈ ਹੈ ਅਤੇ ਹਾਨੀਕਾਰਕ ਹੈ। ਪਰ ਨਾਮ ਦਾ ਨਸ਼ਾ, ਨਾਮ ਦਾ ਸਰੂਰ ਅਥਵਾ ਖੁਮਾਰੀ, ਇਹ ਤਾਂ ਹਮੇਸ਼ਾ ਚੜ੍ਹੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲਹਿ ਜਾਤਾ, ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੈ ਚਿੰਦ। ਅਸੀਂ ਗ੍ਰਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ, ਇਸੇ ਲਈ ਸਤਿਗੁਰਾਂ ਨੇ ਸਾਨੂੰ ਇੱਕ ਸੌਖੀ ਸਾਧਨਾ ਦੱਸੀ ਹੈ। ਕੀ ਹੈ? ਸਾਨੂੰ ਸਾਧ ਸੰਗਤ ਅਥਵਾ ਸਤ ਸੰਗਤ ਦੀ ਸੌਖੀ ਸਾਧਨਾ ਦੱਸੀ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਵੀ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਾਂ ਮਦਰਾਸ ਮਿਟਾਈ। ਸਾਧ ਸੰਗਤ ਕੇ ਆਸਰੇ ਪ੍ਰਭ ਸਿਓ ਰੰਗ ਲਾਏ, ਔਗਨ ਕੱਟ ਮੁਖ ਉਜਲਾ ਹਰ ਨਾਮ ਤਰਾਏ। ਕੋਟ ਕਰਮ ਕਰ ਦੇਹ ਨਾ ਸੋਧਾ, ਸਾਧ ਸੰਗਤ ਮੈਂ ਮਨ ਪ੍ਰਬੋਧਾ। ਗੁਰਮੁਖ ਮਾਰਗ ਧਨ ਹੈ, ਸਾਧ ਸੰਗਤ ਮਿਲ ਸੰਗ ਚਲਾਇਆ। ਸਿਮਰਨ ਕਰਦਿਆਂ ਹੋਇਆ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਦੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ ਤਾਂ ਜਗਿਆਸੂ ਇਸ ਅਨੋਖੇ ਅੰਤਰਾਤਮਿਕ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਹੁੰਦੀ ਹੈ। ਫਿਰ ਦਰਸ਼ਨ ਦੇਖਦ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਕਹਿੰਦੇ ਜੇ
ਜੇਕਰ ਜਿਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ, ਇਹ ਤਜਰਬੇ, ਇਹ ਨਾਮ ਕਲਾ, ਇਹ ਰੁਣ ਚੁਣ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਇਹ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜਿਸ ਨੂੰ ਅੰਤਰ ਆਤਮੇ ਮਾਨਣ ਅਤੇ ਜਿਉਰਨ ਦੀ ਲੋੜ ਹੈ। ਇਸ ਅਤ ਸੂਖਮ ਅਤੇ ਨਾਜ਼ੁਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਉਹਨਾਂ ਦੀ ਸਹਾਇਤਾ ਦੀ ਅਤ ਲੋੜ ਹੁੰਦੀ ਹੈ। ਪਰ ਦੇਖਿਆ ਗਿਆ ਹੈ ਕਿ ਕਈ ਵਾਰੀ ਕਈ ਸੱਜਣ ਦਿਖਾਵੇ ਖਾਤਰ ਕਈ ਕਿਸਮ ਦੀਆਂ ਅਨਹੋਣੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇ। ਇਸ ਤਰ੍ਹਾਂ ਉਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਸਮਾਂ ਪਾ ਕੇ ਉਹ ਢਹਿੰਦੀਆਂ ਕਲਾ ਵੱਲ ਰੁੜਨ ਲੱਗ ਪੈਂਦੇ ਹਨ। ਕਈ ਆਤਮਕ ਮਾਰਗ ਦੇ ਪੰਧੀ ਇਸ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ। ਇਹ ਇੱਕ ਆਤਮਕ ਪਾਪ ਹੈ। ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰਾਤਮੇ ਮਾਣਦਾ ਹੈ, ਜਿਉਰਦਾ ਹੈ, ਤਿਉਂ ਤਿਉਂ ਉਹਦਾ ਮਨ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ। ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਹਾਂਜੀ, ਇਹ ਜੋਗੀਆਂ ਵਾਲਾ ਫੋਕਾ ਕੋਈ ਮਸ਼ੀਨੀ ਸਿਮਰਨ ਨਹੀਂ ਹੁੰਦਾ। ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਜੋ ਸਤਿਗੁਰੂ ਦੇ ਦਰੋਂ ਘਰੋਂ ਇੱਕ ਆਤਮਕ ਦਾਤ ਹੈ, ਗੁਰਪ੍ਰਸਾਦ ਹੈ। ਇਹ ਨਦਰ ਕਰਮ ਹੈ, ਇਹ ਪ੍ਰੇਮ ਭਗਤੀ ਹੈ, ਇਹ ਪਿਰਮ ਖੇਲ ਹੈ, ਇਹ ਪਿਰਮ ਪਿਆਲਾ ਹੈ। ਹਾਂਜੀ, ਇਹ ਪ੍ਰੇਮ ਪਦਾਰਥ ਹੈ, ਇਹ ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ, ਇਹ ਜੀਵਨ ਪਦਵੀ ਹੈ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਕੀ ਹੁੰਦਾ ਹੈ? ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ, ਉਹਦੀ ਤਾਂਗ, ਖਿੱਚ, ਪਿਆਰ ਉਪਜਦਾ ਹੈ ਅਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ, ਰਸ, ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਫਿਰ ਕਹਿੰਦੇ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਿਸ਼ ਕਰਨ ਰੋਮ ਰੋਮ ਵਿੱਚ ਡੂੰਘਾ ਤਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ। ਸਾਡਾ ਮਨ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਇਸ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ, ਇਤਨਾ ਚਾਉ ਹੁੰਦਾ ਹੈ ਕਿ ਜੀਵ ਇਸ ਪਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾਕੋ ਉਪਜੀ, ਛੋੜ ਨਾ ਕਤਹੂੰ ਜਾਤਾ। ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਕਹਿੰਦੇ ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਟੋਟ ਵਿੱਚੋਂ ਦਾ ਬੁਰਾ ਹਾਲ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਰਮ ਰਸ ਵਿੱਚੋਂ ਨਿਕਲਦਾ ਹੈ ਤਾਂ ਉਹਦੇ ਪਾ ਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਂਦੇ। ਐਸੀ ਬਿਸਮਾਦੀ ਰਹੱਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰਤ ਨਾਮ ਰਸ ਅਨੰਦ ਧੁਣੀ ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਹਾਂਜੀ, ਐਸੇ ਜਗਿਆਸੂ ਦੀ ਕੀ ਹਾਲਤ ਹੁੰਦੀ ਹੈ? ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਮੁੱਖ ਕੀ ਬਾਤ ਸਗਲ ਸਿਓ ਕਰਤਾ,
जी संग प्रभ अपना तरता। दीस आवत है बहुत पिहाला, सगल चरण की ए मन राला। नानक जन गुर पूरा पाया, अंतर बाहर एक दिखाया। ए आत्म जीवन ए सिमरन वाला जीवन है, ए प्यार वाला जीवन है, ए थर थरौंदा जीवन है। हाँ जी, ए आत्म जीवन लड़जरौंदा जीवन है, ए रस वाला जीवन है, ए रंग वाला जीवन है, एक शांति वाला जीवन है, रुण चुन वाला जीवन है, नाम कुमारी वाला जीवन है, बिस्मादी जीवन है, ए अनहद तुनी वाला जीवन है, ए ही सहज समाध है, नाम दी अकल कला है। ऐसे बिस्मादी जीवन नो अंतरात्मे सतगुरु दी बख्शिश द्वारा ही अनुभव कीता ते माणिया जा सकता है। ए अनोखी आत्म मंडल अथवा शब्द सुरत दी खेल है, जिसनों कोई विरला गुरमुख ही बुझदा है, सीजदा है, अनुभव करदा है, कमाउंदा है, माणदा है। ए शब्द सुरत दी आत्म खेल, हाँ जी, ए साड़ी अल्प बुद्धि दी समझ, साड़े ज्ञान, साड़ी फिलासफी, साड़े क्यास राइयां, साड़े अंदाजियां तो परे ते विलखण है। ज्ञान न गली ढूंढी है, कथना करड़ा सार, कथनी कह परम न जाई, सब कथ कथ रही लुकाई। ए उचम ऊची सूचम सूची अवस्था, ए साडे शरीरक मानसिक जां दिमागी साधना या जोर नाल प्राप्त नहीं कीती जा सकती। हाँ जी, ए लड़जरौंदा जीवन, ए सिमरन जीवन, कहिंदे ए अवस्था साडे शरीरक जोर मानसिक जोर जां दिमागी साधना नाल प्राप्त नहीं कीती जा सकती। ए तां दाते दात रखी हथ अपने, जिस पावे तिस दे। ए परम प्याला खसम का, जय पावे तैं दे। सो गुरु प्यारी साध संग जीओ, महापुरखां दियां ए लेखनियां 132 लेख हन, गुरबाणी दी विचार है। गुरबाणी तो बाहर होर कोई गल ही नहीं है इस विच जो अज आप जी दे सामने लेख पढ़िया गया। सिमरन दा भाग 12वां है, 121 नंबर लेख है। सिमरन दी इस किताब दे 16 लेख हन। हर एक लेख दी कीमत मात्र 1 रुपया सिर्फ इस करके रखी गई ताकि वध तो वध लुकाई इन्हां लेखां नूं पढ़ के आत्मक जीवन दे लाहे प्राप्त कर सके। सो आप जी जरूर गुरबाणी विचार दे लेखां दे स्टॉल तो ये लेख लो, पढ़ो ते परमार्थ दा जीवन आपां सारे जीवीए ते जिस मंतव नूं असीं पूरा करन आए हाँ साध संगत विच रल मिल के बैठ के वो मंतव असीं हासिल करिए। वाहिगुरू जी का खालसा, वाहिगुरू जी की फतेह।